ਦੇ ਐਮ ਆਰ ਟੀ ਸਟੇਸ਼ਨ ਜਿਹੜਾ ਕਾਰਡ ਲਿਆ ਸੀਗਾ ਉਹ ਇੱਥੇ ਹੀ ਇਸਤੇਮਾਲ ਹੋਣਾ ਹੋਣਾ ਆਪਣਾ। $12 ਲਾਇਆ ਹੁਣ ਇਹਦੇ 'ਤੇ, ਉਹ ਆਪਣੀ ਤਕਰੀਬਨ ਇੱਥੇ ਹੀ ਕੰਮ ਆਉਣੇ ਆ ਹੁਣ ਆਪਣੇ। ਚੰਗੀ ਏਅਰਪੋਰਟ ਤੋਂ ਐਗਜ਼ਿਟ ਕਰਕੇ ਰਾਈਟ ਹੈਂਡ ਸਿੱਧਾ ਆਉਣਾ ਵਾ, ਲੈਫਟ ਹੈਂਡ ਬੱਸ ਵਗੈਰਾ ਲਈ ਆ, ਬੱਸਾਂ ਬੁੱਸਾਂ ਲਈ, ਅਤੇ ਸਿੱਧਾ ਹੈਗਾ ਟ੍ਰੇਨ ਦੇ ਲਈ, ਐਮ ਆਰ ਟੀ ਟ੍ਰੇਨ ਦੇ ਲਈ ਸਟੇਸ਼ਨ। ਅਤੇ ਹੁਣ ਆਪਾਂ ਇੱਥੋਂ ਟਿਕਟ ਵਗੈਰਾ ਲੈਣ ਦੀ ਕੋਈ ਲੋੜ ਨਹੀਂ ਹੈਗੀ, ਕਾਰ ਟ੍ਰੇਪ ਹੈਗਾ। ਤਾਂ ਹੁਣ ਆਪਾਂ ਨੇ ਦੇਖਣਾ ਵਾ ਆਪਣੇ ਵਾਲਾ ਜਿੱਦਾਂ ਨੂੰ ਜਾਣਾ ਆਪਾਂ ਨੇ, ਉਹ ਈਸਟ ਵੈਸਟ ਲਾਈਨ ਰਸਤਾ ਹੀ ਆ, ਟ੍ਰੇਨ ਆਊਗੀ ਇੱਥੋਂ ਮਿਲੂਗਾ ਉਹ ਤਕਰੀਬਨ। On this journey we will find our souls begin to intertwine, your heart of gold so pure, divine, and I lost myself within the fire, breaking free from my desire, a heart of gold forged to inspire, it's starfire. It's starfire. Ma'am, exit. Exit, exit. ਜਲਨ ਦੇ ਸਾਰ ਲਓ ਜੀ, ਆਪਾਂ ਪਹੁੰਚ ਗਏ ਹਾਂ ਜਲਨ ਦੇ ਸਾਰ, ਇੱਥੋਂ ਤਕਰੀਬਨ ਆਪਣਾ ਹੋਸਟਲ ਥੋੜ੍ਹੀ ਦੂਰੀ ਆ। ਮੈਮ ਹੈਲਪ ਕਰ ਰਹੀ ਆ ਸਾਰੇ, ਇਹਨਾਂ ਦੇ ਲੋਕ ਇੱਥੇ ਬਹੁਤ ਹੈਲਪ ਕਰਦੇ ਨੇ ਇੱਕ ਦੂਸਰੇ ਦੀ। ਵਧੀਆ ਕੰਟਰੀ ਆ, ਬਿਲਕੁਲ ਸਾਫ਼ ਸੁਥਰੀ, ਸੇਫ, ਤਾਂ ਗਏ ਹਾਂ ਰਸਤਾ ਪੁੱਛ ਪੁੱਛ ਕੇ ਹੌਲੀ ਹੌਲੀ, ਬਹੁਤ ਨਹੀਂ ਜਾਣਿਆ ਤੋਂ ਪੁੱਛਿਆ ਰਸਤੇ ਦੇ ਵਿੱਚ ਉਹਨਾਂ ਨੇ, ਸਟਰੇਟ ਦੱਸਿਆ ਰਸਤਾ, ਦੇਖਦੇ ਹਾਂ ਹੁਣ ਸਾਈਡ ਛੱਡ ਕੇ ਇੱਕ ਕੈਂਪਲਨ ਵੈਰੀ ਕੋਲ
ਆ ਗਏ ਹੋਟਲ ਇੱਥੇ ਖਾਣ ਪੂਣ ਇੱਥੇ ਆ ਜਾਵਾਂਗੇ ਉਹ ਵੀ ਨਹੀਂ ਠੀਕ ਆ ਮੀਂਹ ਮੁੱਕਿਆ ਲੱਗਦਾ ਇੱਥੇ ਹੁਣੇ ਮੌਸਮ ਆਇਆ ਹੋਇਆ ਲੱਗਦਾ ਬਾਰਿਸ਼ ਹੋ ਕੇ ਅੱਗੇ ਲੱਗਦੀ ਆ ਕੈਂਬਲਨ ਬਹੁਤ ਜ਼ਿਆਦਾ ਹੋਇਆ ਸੀਗਾ ਹੋਸਟਲ 'ਚ ਆਇਆ 2 ਵਜੇ ਦਾ ਚੈੱਕ ਇਨ ਸੀਗਾ ਤਾਂ ਹੁਣ ਨਹਾ ਨੂ ਕੇ ਤਕਰੀਬਨ ਮੈਂ ਕਿਹਾ ਚੱਲ ਦੂਰ ਨਹੀਂ ਜਾਊਂਗਾ ਫਿਲਹਾਲ ਅੱਜ ਮੈਂ ਆਪਣੇ ਹੋਸਟਲ ਦੇ ਤਕਰੀਬਨ ਨੇੜੇ ਨੇੜੇ ਜਿਹੜਾ ਮਾਰ ਰਿਹਾ ਸੀਗਾ ਚੈੱਕ ਜਿੱਥੇ ਮਰਜ਼ੀ ਚਲੇ ਜਾਓ ਸਾਰਾ ਕੁਛ ਦੇਖਣ ਵਾਲਾ ਸਫਾਈ ਆ ਯਾਰ ਬਹੁਤ ਵਧੀਆ ਸਿੰਗਾਪੁਰ ਸਾਫ ਸੁਥਰਾ ਆਇਓ ਕਦੇ ਜ਼ਰੂਰ ਘੁੰਮਣ ਵਾਲੀ ਚੀਜ਼ ਆ ਦੇਖਣ ਵਾਲੀ ਚੀਜ਼ ਆਏ ਬਾਕੀ ਪਹਿਲਾਂ ਬੈਂਕਾਕ ਗਿਆ ਸੀਗਾ ਉਹ ਵੀ ਵਧੀਆ ਸੀਗਾ ਆਪਣੀ ਜਗ੍ਹਾ ਸਾਰੇ ਵਧੀਆ ਨੇ ਬਟ ਇੱਥੇ ਵੀ ਬਹੁਤ ਵਧੀਆ ਹਾਲੇ ਪਹਿਲਾਂ ਦਿਨ ਆ ਬਹੁਤ ਮਜ਼ਾ ਆ ਰਿਹਾ ਯਾਰ ਲੋਕ ਹੈਲਪ ਬਹੁਤ ਕਰਦੇ ਨੇ ਉਹਨੂੰ ਕਿਸੇ ਵੀ ਚੀਜ਼ ਦੀ ਜ਼ਰੂਰਤ ਆ ਲੋਕ ਉੱਥੋਂ ਦੇ ਲੋਕ ਤਿਆਰ ਹੈ ਫਿਰ ਹੈਲਪ ਕਰਨ ਲਈ ਆਉਣ ਲੱਗੇ ਨੂੰ ਪਰੇਸ਼ਾਨੀ ਹੋਈ ਸੀ ਥੋੜ੍ਹੀ ਜਿਹੀ ਹੋਸਟਲ ਲੱਭਣਾ ਲੱਭਣ ਲਈ ਅਤੇ ਤਕਰੀਬਨ ਜਿਹੜੇ ਕਿਹੜੇ ਵੀ ਬੰਦੇ ਤੋਂ ਪੁੱਛਿਆ ਵਿਚਾਰੇ ਨੇ ਹੈਲਪ ਹੀ ਕਰੀ ਆ ਤਕਰੀਬਨ ਪੂਰੀ ਕੋਸ਼ਿਸ਼ ਕਰੀ ਆ ਸਮਝਾਉਣ ਦੀ ਥੋੜ੍ਹਾ ਜਿਹਾ ਆਪ ਹੀ ਕੈਮਰੇ 'ਚ ਕਲੀਅਰ ਦਿਖਦਾ ਹੋਇਆ ਤਾਂ ਜਿੱਥੇ ਮਰਜ਼ੀ ਮੇਰਾ ਮਾਰ ਸਾਫ ਸੁਥਰਾ ਘੁੰਮਣ ਦਾ ਮਜ਼ਾ ਆ ਰਿਹਾ ਦੇਖਣ ਦਾ ਮਜ਼ਾ ਆ ਰਿਹਾ ਪਤਾ ਲੱਗ ਰਿਹਾ ਵੀ ਹਾਂ ਵਧੀਆ ਦੁਪਹਿਰ ਦਾ ਟਾਈਮ ਆ ਤਾਂ ਕਰਕੇ ਹਨੇਰਾ ਹਨੇਰਾ ਜਿਹਾ ਲੱਗ ਰਿਹਾ ਸੂਰਜ ਨਿਕਲਿਆ ਇੱਥੇ ਬੱਦਲ ਵਾਹੀਦੀ ਹੋਈ ਆ ਸਵੇਰੇ ਮੀਂਹ ਵੀ ਪੈ ਗਿਆ ਪਿਆ ਇੱਥੇ ਕਾਲਾ ਕਾਲਾ ਜਿਹਾ ਆ ਰਿਹਾ ਵੀਡੀਓ ਦੇ ਵਿੱਚ ਏਰੀਏ ਦਾ ਨਾਂ ਹੈਗਾ ਮੇਰੇ ਕੋਲ ਨਾਲ 50 ਕੈਂਬਲ ਕੈਂਬਲ ਇਨ ਸਿੰਗਾਪੁਰ ਬਹੁਤ ਵਧੀਆ ਵਾ ਬਾਕੀ ਹਲੇ ਕੱਲ੍ਹ ਹੋਰ ਘੁੰਮਾਂਗੇ ਤਕਰੀਬਨ ਜਿੱਥੇ ਜਿੱਥੇ ਵੀ ਗਿਆ ਵਾਂ ਏਅਰਪੋਰਟ ਤਾਂ ਕਮਾਲ ਹੀ ਆ ਏਅਰਪੋਰਟ ਤਾਂ ਦੇਖਣ ਵਾਲੀ ਆ ਯਾਰ ਤਕਰੀਬਨ ਮੈਂ 9:30 ਵਜੇ ਤੱਕ ਰਿਹਾ ਏਅਰਪੋਰਟ ਦੇ ਉੱਤੇ ਵੀ ਕਿੱਧਰ ਕਿੱਧਰ ਨੂੰ ਦੇਖੀਏ ਕਿੱਧਰ ਛੱਡੀਏ ਸਾਰਾ ਬਹੁਤ ਸੋਹਣਾ ਵਾ ਚੰਗਾ ਬਣ ਟਾਈਮ ਲੱਗਿਆ ਤਾਂ ਕਦੇ ਪਲੈਨ ਬਣਿਆ ਤਾਂ ਜ਼ਰੂਰ ਆ ਗਏ ਜਾਇਓ ਇੱਥੇ ਬਹੁਤ ਸੋਹਣੀ ਟੈਂਪੂ ਸਫਾਈ ਬਹੁਤ ਆ ਬਸ ਇੱਕ ਗੱਲ ਦੀ ਇਹ ਗੱਲ ਸਫਾਈ ਬਹੁਤ ਵੀ ਨਜ਼ਰ ਮਾਰਾਂਗੇ ਤੁਹਾਨੂੰ
ਨਾ ਨੂੰ ਤੇ ਮੈਂ ਕਿਹਾ ਚੱਲ ਹੁਣ ਕੀ ਕਰਨਾ ਦੋ ਤਕਰੀਬਨ ਢਾਈ ਦਿਨ ਦਾ ਟਾਈਮ ਹੋ ਚੁੱਕਿਆ ਸੀਗਾ ਇੱਥੇ ਅੱਧਾ ਮੈਂ ਕਿਹਾ ਚੱਕਰ ਮਾਰ ਹੀ ਆਉਂਦੇ ਹਾਂ ਚੱਲ ਇੱਥੇ ਨੇੜੇ ਨੇੜੇ ਫਿਰ ਕੱਲ੍ਹ ਨੂੰ ਚੱਲਾਂਗੇ ਕਿਸੇ ਹੋਰ ਪਾਸੇ ਤਕਰੀਬਨ ਹੁਣ ਇੱਥੇ ਹੀ ਆ ਪੰਜ ਦਿਨ ਛੇ ਦਿਨ ਹੀ ਆ ਤਕਰੀਬਨ ਪੰਜ ਰਾਤਾਂ ਨੇ ਛੇ ਦਿਨ ਆ ਕੁਛ ਹੀ ਕਰੂੰਗਾ ਜਿੱਥੇ ਵੀ ਘੁੰਮ ਹੋਵੇ ਉਹਦੇ ਨਾਲ ਸ਼ੇਅਰ ਕਰਾਂ ਵੀਡੀਓ ਬਣਾਉਣ ਦੀ ਕੋਸ਼ਿਸ਼ ਤਾਂ ਮੈਂ ਪੂਰੀ ਕਰ ਰਿਹਾ ਵਾਂ ਆਹ ਵੀ ਦੇਖ ਲਓ ਗਾਵਾਂ ਬਣਾਈਆਂ ਹੋਈਆਂ ਛੋਟੀ ਛੋਟੀਆਂ ਮਾਰ ਨੂੰ ਤੁਹਾਡੇ ਨਾਲ ਮੈਂ ਸ਼ੇਅਰ ਕਰੂੰਗਾ ਸਾਰੀ ਜਿੱਥੇ ਜਿੱਥੇ ਜਾਊਂਗਾ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਜਿਹੜੇ ਪਹਿਲੀ ਵਾਰੀ ਦੇਖ ਰਹੇ ਨੇ ਪਲੀਜ਼ ਮੇਰੇ ਸਬਸਕ੍ਰਾਈਬ ਕਰਕੇ ਬੈਲ ਆਈਕਾਨ ਨੂੰ ਕਲਿੱਕ ਜ਼ਰੂਰ ਕਰਿਓ ਉਹਦੇ ਨਾਲ ਵੀ ਨੋਟੀਫਿਕੇਸ਼ਨ ਆਉਂਦੀਆਂ ਅਗਲੀ ਵੀਡੀਓ